ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇ ਰਹੇ ਆ, ਉਹ ਸੁਣਦੇ ਆ। ਪੰਜਾਬ ਦੇ ਮੇਰੇ ਵੀਰੋ ਤੇ ਭੈਣੋ, ਪਹਿਲਾਂ ਤਾਂ ਵਿਸਾਖੀ ਦੀ ਬਹੁਤ ਬਹੁਤ ਤੁਹਾਨੂੰ ਵਧਾਈ ਹੋਏ। ਜਿਹੜੀ ਵਿਸਾਖੀ ਅਸੀਂ ਮਨਾ ਰਹੇ ਹਾਂ ਇਹ ਹੋਰ ਕਿਸਮ ਦੀ ਹੈ। ਪਹਿਲਾਂ ਤਾਂ ਆਪਣਾ ਇਕੱਠ ਹੁੰਦਾ ਸੀਗਾ ਦਮਦਮਾ ਸਾਹਿਬ ਵਿੱਚ, ਲੱਖਾਂ 'ਚ ਅਸੀਂ ਪਹੁੰਚੇ ਸੀ ਉੱਥੇ ਮੱਥਾ ਟੇਕਣ ਲਈ, ਲੇਕਿਨ ਇਸ ਕਰ ਇਹ ਕੋਵਿਡ ਕਾਰਨ ਸਾਨੂੰ ਉਹ ਮੁਲਤਵੀ ਕਰਨਾ ਪਿਆ। ਔਰ ਹੁਣ ਫਿਰ ਅਸੀਂ ਬੇਨਤੀ ਕੀਤੀ ਸੀ ਸ਼੍ਰੋਮਣੀ ਕਮੇਟੀ ਨੇ ਵੀ, ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ, ਕਿ ਆਪਾਂ ਉੱਥੇ ਨਾ ਜਾਈਏ, ਇਕੱਠ ਨਾ ਕਰੀਏ। ਔਰ ਮੇਰੀ ਆਪ ਨੂੰ ਬੇਨਤੀ ਇਹ ਹੈ ਕਿ ਤੁਸੀਂ ਵਿਸਾਖੀ ਨੂੰ ਆਪਣੇ ਘਰਾਂ ਦੇ ਵਿੱਚ 11 ਵਜੇ ਸਾਰੇ ਅਰਦਾਸ ਕਰੋ ਕਿ ਵਾਹਿਗੁਰੂ ਪੰਜਾਬ ਨੂੰ ਸੁਖੀ ਰੱਖਣ, ਸਾਡੇ ਪੰਜਾਬੀ ਜੋ ਵੀਰ ਭੈਣਾਂ ਸਾਰੀਆਂ ਉਰੇ ਰਹਿੰਦੇ ਨੇ ਉਹ ਸੁਖੀ ਰਹਿਣ ਔਰ ਸਾਰਾ ਪੰਜਾਬ ਸੁਖੀ ਰਹੇ। ਇਹੀ ਇਸ ਔਖੀ ਘੜੀ ਦੇ ਵਿੱਚ ਸਾਡੀ ਅਰਦਾਸ ਹੋ ਸਕਦੀ ਹੈ। ਸੱਚੇ ਪਾਤਸ਼ਾਹ ਨੇ ਜਿਹੜੀ ਬਿਮਾਰੀ ਹੈ ਉਸਨੂੰ ਬਿਲਕੁਲ ਇੱਥੋਂ ਭਜਾਈ ਹੈ ਸਾਡੇ ਪੰਜਾਬ ਦੇ ਵਿੱਚੋਂ। ਵੈਸੇ ਦੁਨੀਆ ਪੱਧਰ 'ਚ ਤੁਹਾਨੂੰ ਸਭ ਕੁਝ ਪਤਾ ਹੀ ਹੈ ਜਿਸ ਤਰੀਕੇ ਨਾਲ ਇਹ ਬਿਮਾਰੀ ਫੈਲੀ। ਅੱਜ ਇਹੋ ਜਿਹੇ ਮੁਲਕ ਜਿੱਥੇ ਹਰ ਕਿਸਮ ਦੀ ਦਵਾਈ ਦਾ, ਹਰ ਕਿਸਮ ਹਸਪਤਾਲ ਦਾ ਪ੍ਰਬੰਧ ਹੈ, ਚਾਹੇ ਉਹ ਅਮੈਰੀਕਾ ਹੈ, ਕੈਨੇਡਾ ਹੈ, ਚਾਈਨਾ ਹੈ, ਚਾਹੇ ਯੂਰਪ ਦਾ ਕੋਈ ਮੁਲਕ ਲੈ ਲਓ, ਯੂਨਾਈਟਿਡ ਕਿੰਗਡਮ ਲੈ ਲਓ, ਮੈਂ ਤੁਹਾਨੂੰ ਨਾਮ ਸਾਰੇ ਮੁਲਕਾਂ ਦੇ ਲੈ ਲਏ, ਪਰ ਛੋਟੇ ਮੁਲਕ ਵੀ ਸਵਿਟਜ਼ਰਲੈਂਡ, ਆਸਟਰੀਆ, ਸਪੇਨ, ਇਟਲੀ, ਕਿੰਨੇ ਬੰਦੇ ਉੱਥੇ ਮਰ ਗਏ ਨੇ? 17,000 ਤਾਂ ਇਟਲੀ ਦੇ ਵਿੱਚ, 16,000 ਸਪੇਨ ਦੇ ਵਿੱਚ, ਸਵਿਟਜ਼ਰਲੈਂਡ ਜੈਸੇ ਛੋਟੇ ਮੁਲਕ। ਇਹਨਾਂ ਦੇ ਵਿੱਚ ਇਹ ਕਿਉਂ ਨਹੀਂ ਹੋਇਆ? ਕਿਉਂਕਿ ਆਪਾਂ ਨੇ ਉਸਦਾ ਸੰਭਾਲ ਨਹੀਂ ਕੀਤੀ ਇਹਨਾਂ ਨੇ ਸ਼ੁਰੂ 'ਚ। ਔਰ ਇਹ ਅੱਜ ਹਾਲਾਤ ਇਹ ਬਣ ਗਏ ਨੇ ਕਿ ਟੋਟਲ ਅੰਕੜੇ ਦੁਨੀਆ ਦੇ ਵਿੱਚ ਤਕਰੀਬਨ 17 ਲੱਖ ਨੂੰ ਕੋਵਿਡ ਵਾਇਰਸ ਹੋਈ ਹੈ ਔਰ 1 ਲੱਖ ਦੇ ਕਰੀਬ ਇਹਨਾਂ ਮੁਲਕਾਂ ਦੇ ਵਿੱਚ ਮਰ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਇੱਥੇ ਇਹ ਕੁਝ ਕਾਬੂ ਆਇਆ ਹੋਇਆ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ। ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਇਸ ਸਮੇਂ ਦੇ ਵਿੱਚ ਅਸੀਂ ਇਹ ਕਾਬੂ ਹੀ ਰੱਖੀਏ। ਅਗਰ ਆਪਾਂ ਉਹ ਕਦਮ ਚੱਕੀਏ ਜੋ ਅੱਜ ਸਾਡੇ ਡਾਕਟਰ ਦੱਸਦੇ ਨੇ, ਸਾਡੇ ਮਾਹਰ ਜਿਹੜੇ ਇਸ ਕੰਮ 'ਚ ਨੇ ਔਰ ਦੱਸਦੇ ਨੇ, ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਇਹ ਕਾਬੂ ਇਹ ਹੋ ਜੂਗੀ ਬਿਮਾਰੀ। ਉਹ ਮੁਲਕਾਂ ਦੇ ਵਿੱਚ ਜਿੱਥੇ ਇੰਨੀ ਫੈਲ ਚੁੱਕੀ ਉਹਨਾਂ ਨੇ ਜਿਹੜੇ ਆਈਸੋਲੇਸ਼ਨ ਕਰਫਿਊ ਵਗੈਰਾ ਨਹੀਂ ਕੀਤਾ ਸਮੇਂ ਸਿਰ, ਔਰ ਉਹਦਾ ਨਤੀਜਾ ਤੁਸੀਂ ਆਪ ਦੇਖ ਲਿੱਤਾ। ਹੁਣ ਪਹਿਲਾਂ ਮੈਂ ਆਪ ਨੂੰ 21 ਦਿਨ ਦਾ ਕੋਵਿਡ ਅਸੀਂ ਰੱਖਿਆ ਸੀਗਾ ਕਰਫਿਊ ਔਰ ਲੋਕਡਾਊਨ ਜਿਹੜਾ ਸੀ ਦੇਸ਼ ਪੱਧਰ 'ਤੇ ਹੋਇਆ, ਲੇਕਿਨ ਅਸੀਂ ਕਰਫਿਊ ਵੀ ਸਾਨੂੰ ਲਾਉਣਾ ਪਿਆ ਸਖਤੀ ਕਰਨ ਵਾਸਤੇ। ਔਰ ਹੁਣ ਜਿਹੜੇ ਸਾਨੂੰ ਮਾਹਰ ਦੱਸਦੇ ਨੇ, ਸਾਡੇ ਵੱਡੀ ਇੰਸਟੀਟਿਊਸ਼ਨ ਦੱਸਦੀਆਂ ਨੇ, ਜੋ ਕਾਗਜ਼ ਜੋ ਪੇਪਰਸ ਇਹਦੇ 'ਤੇ ਲਿਖੇ ਗਏ ਨੇ, ਜੋ ਵੱਡੇ ਵੱਡੇ ਡਾਕਟਰਾਂ ਨੇ ਦੱਸਿਆ, ਚਾਹੇ ਉਹ ਕੋਈ ਵੀ ਹਸਪਤਾਲ ਹੋਏ, ਕੋਈ ਵੀ ਇੰਸਟੀਟਿਊਟ ਹੋਏ, PGI ਹੋਏ, ਕੋਈ ਸਾਡੇ ਮੈਡੀਕਲ ਕਾਲਜ ਹੋਣ, ਕੋਈ ਸਾਰੇ ਦੱਸਦੇ ਨੇ ਇਸ ਗੱਲ 'ਤੇ ਕਿ ਅੱਜ ਅਗਰ ਆਪਾਂ ਸਖਤੀ ਕਰਾਂਗੇ ਤਾਂ ਇਸ ਦਵਾ ਇਹ ਜਿਹੜੀ ਬਿਮਾਰੀ ਹੈ ਇਹਨੂੰ ਆਪਾਂ ਦਵਾ ਲਾਂਗੇ। ਨਹੀਂ ਤਾਂ ਕੁਛ ਅੰਕੜੇ ਜਿਹੜੇ ਨਿਕਲ ਰਹੇ ਨੇ ਦੁਨੀਆ ਪੱਧਰ ਦੇ, ਆਪਣੇ ਜੌਨ ਹੌਪਕਿੰਸ ਇੰਸਟੀਟਿਊਟ ਦੇਖ ਲਓ, ਬੋਸਟਨ ਇੰਸਟੀਟਿਊਟ ਦੇ ਯੂਨੀਵਰਸਿਟੀ ਦੇਖ ਲਓ, ਜਾਂ ਇੱਥੇ ਇੰਪੀਰੀਅਲ ਲਾਂਸਿਟ ਜੋ UK ਦਾ ਇੱਕ ਸਰਜੀਕਲ ਇੱਕ ਮੈਗਜ਼ੀਨ ਹੈ ਉਹ ਦੱਸ ਰਿਹਾ, ਜਾਂ ਤੁਹਾਡਾ ਮੈਡੀਕਲ ਜਰਨਲ, ਜਿੱਥੇ ਵੀ
ਜਿਹੜੇ ਮੈਂ ਪੜ੍ਹੇ ਨੇ ਉਹ ਸਾਰੇ ਦੱਸਦੇ ਨੇ ਅਗਰ ਆਪਾਂ ਸਖਤੀ ਕਰਾਂਗੇ ਤਾਂ ਇਹ ਕਾਬੂ ਆਜੂ ਨਹੀਂ, ਇਹ ਫੈਲ ਸਕਦੀ ਹੈ। ਔਰ ਇੱਥੇ ਜਿਹੜੇ ਅੰਕੜੇ ਦੱਸਦੇ ਨੇ ਕਿ ਅਗਰ ਆਪਾਂ ਉਹ ਗੱਲਾਂ ਨਹੀਂ ਕੀਤੀਆਂ ਜੋ ਅੱਜ ਮਾਹਰ ਦੱਸਦੇ ਨੇ, ਡਾਕਟਰ ਦੱਸਦੇ ਨੇ ਸਾਨੂੰ, ਤਾਂ ਇਹ 85% ਤੱਕ ਵੀ ਜਾ ਸਕਦੀ ਹੈ, ਇਹ ਕਰੋਨਾ ਫੈਲ ਸਕਦੀ ਹੈ। ਇਸ ਕਰਕੇ ਇਹ ਜ਼ਰੂਰੀ ਹੈ ਕਿ ਸਾਨੂੰ ਕਦਮ ਇਹ ਚੱਕਣਾ ਪਿਆ। ਮੈਨੂੰ ਪਤਾ ਹੈ ਆਪਾਂ ਸਾਰੇ ਹੀ ਔਖੇ ਹੈ, ਮੈਂ ਵੀ ਔਖਾ ਘਰ 'ਚ ਬੈਠਾ, ਤੁਸੀਂ ਵੀ ਔਖੇ ਹੋ ਘਰਾਂ 'ਚ ਬੈਠੇ, ਲੇਕਿਨ ਇਹ ਜਿਹੜੀ ਕਰਫਿਊ ਔਰ ਇਹ ਲੋਕਡਾਊਨ ਹੈ ਇਹਦੇ ਵਾਸਤੇ ਅਗਰ ਇਹਨਾਂ ਨੇ ਦੱਸਿਆ ਕਿ ਅਗਰ ਆਪਾਂ 6 ਹਫ਼ਤੇ ਇਹਨਾਂ ਨੂੰ ਲਗਾਤਾਰ ਕਰ ਸਕੀਏ ਤਾਂ ਸਾਡੀ ਇਹ ਬਿਮਾਰੀ ਦਾ ਜਿਹੜਾ ਫੈਲਣਾ ਹੈ ਉਹ ਬਹੁਤ ਰੁਕ ਸਕਦਾ ਹੈ। ਔਰ ਅਗਰ ਉਹ ਰੁਕ ਸਕਦਾ ਹੈ ਤਾਂ ਵਾਹਿਗੁਰੂ ਦੀ ਕਿਰਪਾ ਨਾਲ, ਦੇਖੋ ਸਾਡੇ ਵੈਂਟੀਲੇਟਰ 'ਤੇ ਕੋਈ ਵੀ ਨਹੀਂ, ਇੱਕ ਸੀ ਉਹ ਠੀਕ ਹੋ ਗਿਆ, 2 ਆਕਸੀਜਨ 'ਤੇ ਨੇ, ਬਾਕੀ ਆਪਣੇ ਇਲਾਜ ਕਰਵਾ ਰਹੇ ਨੇ ਆਪਣੇ ਤੌਰ 'ਤੇ। ਜਿਹੜੇ ਅਸੀਂ 22,000 ਦੇ ਕਰੀਬ ਅਸੀਂ ਜਿਹੜੇ ਸਾਡੇ ਕੁਆਰੰਟੀਨ ਦੇ ਵਿੱਚ ਸੀ ਉਹਨਾਂ ਨੂੰ ਅਸੀਂ, ਉਹਨਾਂ ਦੀ ਕੁਆਰੰਟੀਨ ਪੀਰੀਅਡ ਖਤਮ ਹੋ ਗਈ। ਸੋ ਇਹ ਮੇਰਾ ਮਤਲਬ ਦੁਖੀ ਹੋ ਰਹੇ ਹੋ ਤੁਸੀਂ, ਸਾਰੇ ਜਾਣਾ ਚਾਹੁੰਦੇ ਨੇ ਬਾਹਰ, ਲੇਕਿਨ ਅਗਰ ਇਹ ਬਿਮਾਰੀ ਉਹਦੇ ਨਾਲ ਫੈਲ ਜੇ ਉਹਦਾ ਕਿਹਦਾ ਨੁਕਸਾਨ ਹੋਊਗਾ, ਸਾਡਾ ਹੀ ਪੰਜਾਬ ਦਾ, ਸਾਡੇ ਬੱਚਿਆਂ ਦਾ, ਸਾਡੇ ਸਾਰਿਆਂ ਦਾ। ਇਸ ਕਰਕੇ ਅਸੀਂ ਤੁਹਾਨੂੰ ਸ਼ੁਰੂ 'ਚ ਔਖ ਹੋਈ ਕਿਉਂਕਿ ਜਿਹੜੀ ਸਪਲਾਈ ਚੇਨ ਸੀ ਸਾਡੀ ਨਹੀਂ ਬਣ ਸਕੀ। ਉਹ ਇਸ ਲਈ ਨਹੀਂ ਬਣ ਸਕੀ ਕਿ ਦਿੱਲੀ ਜਿਹੜੀ ਸਾਡੀ ਆਜ਼ਾਦ ਮੰਡੀ, ਆਜ਼ਾਦ ਮਾਰਕੀਟ ਹੈ, ਆਜ਼ਾਦ ਮੰਡੀ ਜਿਹਦੇ ਵਿੱਚ ਸਾਰੀਆਂ ਸਬਜ਼ੀਆਂ ਪੂਰੇ ਦੁਨੀਆ ਦੇਸ਼ ਤੋਂ ਆਉਂਦੀਆਂ ਨੇ, ਉਹ ਬੰਦ ਹੋ ਗਈ। ਉਹਦੇ ਨਾਲ ਸਾਰੀਆਂ ਸੜਕਾਂ UP ਦੀ ਵੀ ਬੰਦ ਹੋ ਗਈਆਂ, ਬੰਬਈ ਦੀ ਵੀ ਬੰਦ ਹੋ ਗਈ, ਪੰਜਾਬ ਦੀ ਵੀ, ਹਰਿਆਣੇ ਦੀ ਵੀ ਬੰਦ ਹੋ ਗਈ, ਔਰ ਕੋਈ ਸਪਲਾਈ ਆ ਨਹੀਂ ਰਹੀ ਸੀ। ਉਹ ਆਹਿਸਤਾ ਆਹਿਸਤਾ ਸਭ ਚੱਲ ਪਈ। ਹੁਣ ਤੁਹਾਨੂੰ ਮੇਰਾ ਖਿਆਲ ਇਸ ਕੰਮ ਤੋਂ ਕੋਈ ਤਕਲੀਫ ਨਹੀਂ, ਔਰ ਅਸੀਂ ਇਸ ਨੂੰ ਹੋਰ ਵੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਮੈਂ ਇੱਕ ਟੀਮ ਬਣਾਈ ਹੈ ਜਿਹੜੀ ਹੁਣ ਇਹ ਦੇਖੂਗੀ ਕਿ ਅਸੀਂ ਕੈਸੇ ਆਹਿਸਤਾ ਆਹਿਸਤਾ ਇਸ ਜਿਹੜਾ ਸਾਡਾ ਲੋਕਡਾਊਨ ਹੈ ਇਸ ਨੂੰ ਅਸੀਂ ਕੈਸੇ ਇਹਨੂੰ ਖਤਮ ਕਰੀਏ। ਔਰ ਇਹ ਟੀਮ ਨੂੰ 10 ਦਿਨ ਦੇ ਰਹੇ ਹਾਂ ਅਸੀਂ ਕਿ ਸਾਨੂੰ ਇੱਕ ਰਿਪੋਰਟ ਬਣਾ ਕੇ ਦਿਓ ਕਿ ਕਿਸ ਤਰੀਕੇ ਨਾਲ ਤੁਸੀਂ ਸੁਝਾਅ ਦਿੰਦੇ ਹੋ ਕਿ ਲੋਕਡਾਊਨ ਨੂੰ ਅਸੀਂ ਘਟਾਉਂਦੇ ਜਾਈਏ ਤਾਂ ਕਿ ਲੋਕਾਂ ਨੂੰ ਹੋਰ ਰਾਹਤ ਕੁਛ ਮਿਲੇ। ਇੱਕ ਤਾਂ ਇਹ, ਇੱਕ ਮੈਂ ਕੁਛ ਬਹੁਤ ਇੱਕ ਵੱਡੇ ਮਾਹਰ ਨੂੰ ਦੇਖ ਰਿਹਾ, ਇਕਨੋਮਿਕ ਮਾਹਰ ਨੂੰ, ਜੋ ਆ ਕੇ ਸਾਡਾ ਇੱਕ ਕਮੇਟੀ ਦੇ ਚੇਅਰਮੈਨ ਬਣ ਸਕਣ, ਜੋ ਇਹ ਬਣਾਉਣ ਸਾਡੇ ਵਾਸਤੇ ਇੱਕ ਰਿਪੋਰਟ ਕਿ ਜਦੋਂ ਇਹ ਸਾਰੀ ਲੋਕਡਾਊਨ ਉੱਠ ਜਾਏਗੀ, ਇੰਡਸਟਰੀ ਨੇ ਚੱਲਣਾ, ਅੱਜ ਇੰਡਸਟਰੀ ਬੰਦ ਪਈ ਹੈ ਤੁਹਾਡੀ, ਹਰ ਪੱਖੋਂ ਪੰਜਾਬ ਇਸ ਵੇਲੇ ਲੋਕਡਾਊਨ ਦੀ ਸਿਚੁਏਸ਼ਨ ਹੈ, ਔਰ ਉਹਨਾਂ ਦਾ ਨੁਕਸਾਨ ਹੋ ਰਿਹਾ, ਉਹਨਾਂ ਦੀ ਲੇਬਰ ਨੂੰ ਤਨਖਾਹ ਦੇ ਰਹੇ ਨੇ ਔਰ ਕੰਮ ਕੁਛ ਨਹੀਂ ਹੋ ਰਿਹਾ। ਇਸ ਕਰਕੇ ਅਸੀਂ ਇਹ ਕਮੇਟੀ ਬਣਾਈ ਹੈ ਦੱਸਣ ਨੂੰ ਕਿ ਅਸੀਂ ਕੈਸੇ ਇਕਨੋਮਿਕ ਰਿਵਾਈਵਲ ਪੰਜਾਬ ਦੀ ਅਸੀਂ ਕਹਿ ਸਕਦੇ ਹਾਂ, ਵਿੱਚ ਇੰਡਸਟਰੀ, ਵਿੱਚ ਐਗਰੀਕਲਚਰ, ਵਿੱਚ ਹੋਰ ਚੀਜ਼ਾਂ। ਤੋ ਇਹ ਗੱਲਾਂ ਆਪਾਂ ਨੂੰ ਇੱਕ ਬੜੀ ਗੰਭੀਰਤਾ ਨਾਲ ਸੋਚਣਾ ਪਊ ਕਿਉਂਕਿ ਇਹ ਮਸਲੇ ਸਾਡੇ ਸਾਰੇ ਪੰਜਾਬ ਦੇ ਭਵਿੱਖ ਦੇ ਮਸਲੇ ਨੇ। ਜਿੱਥੇ ਤਾਂ ਕਣਕ ਹੈ ਉਹਦੀ ਤਾਂ ਹੁਣ ਵਾਢੀ 15 ਨੂੰ ਸ਼ੁਰੂ ਹੋ ਜਾਣੀ ਹੈ, ਸਾਰਾ ਪ੍ਰਬੰਧ ਅਸੀਂ ਕਰ ਲਿੱਤਾ। ਸਾਰੇ ਜਿੱਥੇ 1800 ਮੰਡੀਆਂ ਸੀ ਉਹ ਤਾਂ 3000 ਤੋਂ ਉੱਪਰ ਹੋ ਗਈਆਂ ਨੇ, 3200 ਮੰਡੀ ਆ ਜਾਣੀ ਹੈ। ਉਹ ਇਸ ਲਈ ਰੱਖੀ ਹੈ ਕਿ ਜ਼ਿਆਦਾ ਇਕੱਠ ਨਾ ਹੋਏ ਕਿਸੇ ਮੰਡੀ 'ਚ। ਹੁਣ 1 ਜਾਂ 2 ਪਿੰਡ ਇੱਕ ਮੰਡੀ 'ਚ ਜਾਣਗੇ ਔਰ ਉੱਥੇ ਜਾ ਕੇ ਉਹਨਾਂ ਨੂੰ ਸਮੇਂ ਦਿੱਤਾ ਜਾਊਗਾ ਔਰ ਆਪਣੀ ਚੀਜ਼ ਜੋ ਕਣਕ ਵੇਚਣੀ ਹੈ ਉੱਥੇ ਵੇਚਣ, ਸਭ ਕੁਛ ਉਹਨਾਂ ਦਾ ਪ੍ਰਬੰਧ, ਸਾਰਾ ਹਰ ਪ੍ਰਬੰਧ ਦਾ ਅਸੀਂ ਤਿਆਰੀ ਕਰ ਲਿੱਤੀ, ਰਿਹਰਸਲਾਂ ਹੋ ਗਈਆਂ ਨੇ ਅਤੇ ਤੁਹਾਨੂੰ 4 ਦਿਨਾਂ ਦੇ ਵਿੱਚ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਸਭ ਕੁਛ ਠੀਕ ਚੱਲ ਰਿਹਾ। 48 ਘੰਟੇ ਆਪਾਂ ਕਹਿੰਦੇ ਹਾਂ, 48 ਘੰਟੇ ਤੁਹਾਡੀ ਪੇਮੈਂਟ ਹੋ ਜਾਣੀ ਹੈ। ਤੋ ਜੈਸੇ ਆਪਾਂ ਨੇ ਹਰ ਵੇਲੇ, ਅਸੀਂ ਪਹਿਲੀ ਸਰਕਾਰ ਵਿੱਚ ਵੀ ਮੈਂ 5 ਹਾੜੀਆਂ 5 ਸੌਣੀਆਂ ਚੱਕੀਆਂ ਸੀਆਂ,
ਐਤਕੀ ਵੀ ਅਸੀਂ ਕਦੇ ਕਿਸੇ ਨੂੰ ਤਕਲੀਫ ਨਹੀਂ ਹੋਣ ਦਿੱਤੀ, ਮੰਡੀਆਂ 'ਚ ਬੈਠਣ ਦੀ ਲੋੜ ਨਹੀਂ ਪਈ, ਹਰ ਵੇਲੇ ਅਸੀਂ ਸਮੇਂ ਸਿਰ ਸਭ ਕੁਝ ਚੁਕਾਉਂਦੇ ਸੀ। ਪਿਛਲੇ ਮਹੀਨੇ ਤੋਂ ਜਦ ਤੋਂ ਇਹ ਕਰਫਿਊ ਲੱਗੀ ਔਰ ਲੋਕਡਾਊਨ ਹੋਇਆ ਪੂਰੇ ਮੁਲਕ 'ਚ, ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਜਥੇਬੰਦੀਆਂ ਨੇ, ਚਾਹੇ ਉਹ ਸਾਡੇ ਡਾਕਟਰਸ ਨੇ, ਨਰਸਿਸ ਨੇ, ਪੈਰਾਮੈਡਿਕਸ ਨੇ, ਔਰ ਜਾਂ ਕੋਈ ਵੀ ਮਹਿਕਮਾ ਹੋਇਆ, ਸਾਰਿਆਂ ਨੇ, ਪੁਲਿਸ ਫੋਰਸ ਹੈ ਔਰ ਆਪਣੇ ਰੈਵਨਿਊ ਸਟਾਫ ਹੈ, ਡਿਪਟੀ ਕਮਿਸ਼ਨਰ ਦਾ ਆਪਣਾ ਕੰਮ, ਮੇਰਾ ਖਿਆਲ ਸਾਡੇ ਡਿਪਟੀ ਕਮਿਸ਼ਨਰ ਔਰ ਸਾਡੇ SSPs ਨੇ ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ, ਔਰ ਉਹਨਾਂ ਦੇ ਅੱਗੇ ਮੁਲਾਜ਼ਮ, NGOs, ਕਈ NGOs ਨੇ ਜਿਨ੍ਹਾਂ ਨੇ ਰੋਟੀ ਲੋਕਾਂ ਨੂੰ ਦਿੱਤੀ ਹੈ, ਲੰਗਰ ਲਗਾਏ ਨੇ, ਉਹ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹੈ। ਉਹਨਾਂ ਨੇ ਬੜੀ ਹਿੰਮਤ ਕੀਤੀ ਹੈ, ਸਵੇਰ ਤੋਂ ਸ਼ਾਮ ਤਾਈਂ ਲੰਗਰ ਚਲਾਏ ਤਾਂ ਕਿ ਗਰੀਬ ਜਨਤਾ ਜੋ ਇੱਥੇ ਵੱਸਦੀ ਹੈ, ਚਾਹੇ ਮਾਈਗਰੈਂਟ ਲੇਬਰ ਹੈ, ਚਾਹੇ ਉਰੇ ਦੇ ਗਰੀਬ ਨੇ, ਉੱਥੇ ਰੋਟੀ ਖਾ ਸਕਣ ਔਰ ਕੋਈ ਰਾਤ ਨੂੰ ਭੁੱਖਾ ਨਾ ਸੋ ਸਕੇ। ਮੇਰਾ ਖਿਆਲ ਕੋਈ ਵੀ ਨਹੀਂ ਜਿਨ੍ਹਾਂ ਨੇ ਆਪਣੇ ਆਪ ਨੂੰ ਨੰਬਰ 2 'ਤੇ ਰੱਖਿਆ, ਲੋਕਾਂ ਨੂੰ ਪਹਿਲਾਂ ਰੱਖਿਆ ਇਸ ਕੋਵਿਡ ਦੀ ਲੜਾਈ ਵਿੱਚ, ਉਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹੈ। ਤੁਸੀਂ ਬੜੀ ਔਖੀ ਸਮੇਂ ਦੇ ਵਿੱਚੋਂ ਗੁਜ਼ਰੇ ਹੋ ਔਰ ਹੁਣ ਤੁਹਾਨੂੰ 3 ਹਫ਼ਤੇ ਹੋਰ ਤੁਹਾਨੂੰ ਇਹ ਕੰਮ ਕਰਨਾ ਪਊ, ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਆਪਣੀ ਡਿਊਟੀ ਨਿਭਾਓਗੇ ਔਰ ਪੂਰਾ ਪੰਜਾਬ ਤੁਹਾਡਾ ਸ਼ੁਕਰਗੁਜ਼ਾਰ ਹੈ ਇਸ ਕੰਮ 'ਚ। ਔਰ ਤੀਸਰੀ ਗੱਲ ਮੈਂ ਜਿਹੜੀ ਕਹਿਣੀ ਸੀ, ਗਰੀਬਾਂ ਵਾਸਤੇ ਜਿਹੜੇ ਉਰੇ ਵਸੇ ਨੇ, ਚਾਹੇ ਮਾਈਗਰੈਂਟ ਲੇਬਰ ਹੈ ਜੋ ਤੁਸੀਂ ਵਸੇ ਹੋ ਜਾਂ ਉਰੇ ਦੇ ਗਰੀਬ ਨੇ, ਇੱਕ ਗੱਲ ਤੁਸੀਂ ਨੋਟ ਕਰ ਲਓ ਕਿ ਜਦੋਂ ਤਾਈਂ ਇਹ ਬਿਮਾਰੀ ਰਹਿੰਦੀ ਹੈ, ਪੰਜਾਬ ਸਰਕਾਰ ਦਾ ਤੁਹਾਡਾ ਪੂਰਾ ਧਿਆਨ ਅਸੀਂ ਰੱਖਣਾ, ਕਿਸੇ ਨੂੰ ਅਸੀਂ ਭੁੱਖੇ ਨਹੀਂ ਸੌਣ ਦੇਣਾ ਔਰ ਅਸੀਂ ਹਰ ਪੱਖੋਂ ਤੁਹਾਡੇ ਵਾਸਤੇ ਉਰੇ ਖੜ੍ਹੇ ਹਾਂ। ਕੋਈ ਤੁਹਾਨੂੰ ਕਿਸੇ ਤਰੀਕੇ ਦੀ ਲੋੜ ਹੋਵੇ, ਕੋਈ ਤਕਲੀਫ ਹੋਵੇ, ਸਾਨੂੰ ਪਹੁੰਚਾਓ, ਆਪਣੇ ਟੈਲੀਫੋਨ ਨੰਬਰ ਤੁਹਾਨੂੰ ਦਿੱਤੇ ਹੋਏ ਨੇ ਹਰ ਜ਼ਿਲ੍ਹੇ ਦੇ ਵਿੱਚ, ਔਰ ਅਸੀਂ ਜਦੋਂ ਤਾਈਂ ਇਹ ਪੰਜਾਬ ਤੋਂ ਨਿਕਲਦੀ ਨਹੀਂ ਔਰ ਇਹ ਬਿਮਾਰੀ ਖਤਮ ਨਹੀਂ ਹੁੰਦੀ, ਅਸੀਂ ਤੁਹਾਡਾ ਧਿਆਨ ਰੱਖਾਂਗੇ, ਇਹ ਸਾਡੀ ਜ਼ਿੰਮੇਵਾਰੀ ਹੈ। ਲੇਕਿਨ ਇੱਕ ਵਾਰ ਫਿਰ ਮੈਂ ਦੁਹਰਾਉਣਾ ਚਾਹੁੰਦਾ, ਕੋਵਿਡ ਸਾਡਾ ਸਭ ਤੋਂ ਬੜਾ ਦੁਸ਼ਮਣ ਹੈ ਇਸ ਵੇਲੇ, ਔਰ ਉਹ ਦੁਸ਼ਮਣ ਦਾ ਖਾਤਮਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ, ਆਪਣੇ ਪੰਜਾਬ ਲਈ, ਆਪਣੇ ਬੱਚਿਆਂ ਲਈ ਔਰ ਆਉਣ ਵਾਲੀ ਪੀੜ੍ਹੀਆਂ ਵਾਸਤੇ। ਔਰ ਮੈਂ ਆਸ ਕਰਦਾ ਕਿ ਤੁਸੀਂ ਵਿਸਾਖੀ ਨੂੰ ਜਦੋਂ ਅਰਦਾਸ ਕਰੋਗੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ, ਉੱਥੇ ਜ਼ਰੂਰ ਤੁਸੀਂ ਇਹ ਪੰਜਾਬ ਵਾਸਤੇ ਇਹ ਰਾਹਤ ਮੰਗੋ ਕਿ ਸੱਚੇ ਪਾਤਸ਼ਾਹ ਸਾਨੂੰ ਇਸ ਚੜ੍ਹਦੀ ਕਲਾ 'ਚ ਰੱਖਣ। ਪੰਜਾਬ ਹਰ ਵੇਲੇ ਚੜ੍ਹਦੀ ਕਲਾ 'ਚ ਰਹਿੰਦਾ ਹੀ ਹੈ, ਇਹ ਮਹਾਰਾਜ ਦਾ ਹੁਕਮ ਹੀ ਸੀ, ਔਰ ਉਹਦੇ ਨਾਲ ਹੀ ਤੁਸੀਂ ਇਹ ਜਿਹੜੀ ਬਿਮਾਰੀ ਆਈ ਹੈ ਇਹਦਾ ਖਾਤਮਾ ਹੋਏ, ਤਾਂ ਕਿ ਸਾਰੇ ਬੱਚੇ ਸਾਡੇ ਔਰ ਆਉਣ ਵਾਲੀ ਪੀੜ੍ਹੀਆਂ ਉਹ ਸੁਰੱਖਿਅਤ ਰਹਿਣ ਔਰ ਸਾਡਾ ਪੰਜਾਬ ਵੀ ਚੜ੍ਹਦੀ ਕਲਾ 'ਚ ਰਹੇ ਔਰ ਹਰ ਵੇਲੇ ਸੁਰੱਖਿਆ 'ਚ ਹੋਵੇ।